ਅੱਜ ਸਾਡਾ ਹੈਗਾ ਦੁਸ਼ਹਿਰੇ ਦੇ ਦਿਨ ਤੇ ਅਸੀਂ ਅੱਜ ਆਏ ਸੀ ਮੈਚ ਖੇਡਣ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਬੈਕ ਟੂ ਆਰ ਚੈਨਲ ਵਲੋਗ ਭਾਜੀ। ਤੇ ਅੱਜ ਅਸੀਂ ਆਪਣਾ ਵਲੋਗ ਸ਼ੁਰੂ ਕਰ ਦਿੱਤਾ ਹੈ ਪਾਰਕ ਦੇ ਵਿੱਚੋਂ, ਆ ਜਾਓ। ਤੇ ਅੱਜ ਸਾਡਾ ਹੈਗਾ ਦੁਸ਼ਹਿਰੇ ਦੇ ਦਿਨ ਤੇ ਅਸੀਂ ਅੱਜ ਆਏ ਸੀ ਮੈਚ ਖੇਡਣ, ਸੋਚਿਆ ਵਲੋਗ ਕਰ ਲਈਏ। ਟਿੰਕੂ ਭਾਈ ਨੂੰ ਕਹਿ ਰਹੇ, ਟਿੰਕੂ ਭਾਈ ਨੇ ਸ਼ੁਰੂ ਨਹੀਂ ਕੀਤਾ, ਬਟ ਮੈਂ ਔਰਾ ਫੋਨ ਚੱਕ ਲਿਆ। ਰੁਕੋ ਜਰਾ, ਸਬਰ ਕਰੋ। ਅਰੇ ਸਾਡੇ ਸੇਲ 'ਚ ਫੋਨ ਲੱਗੇ ਹੋਏ ਸੀ ਮੇਰਾ ਵੀ, ਰਾਹ 1 2 3 4 5 6 7 ਫੋਨ ਆਪਣੇ ਕੋਲ ਇੱਧਰ ਹੈਗੇ ਆ ਸਾਡੇ। ਮਨਮੋਹਿਤ ਭਾਜੀ ਪਹਿਲੀ ਬੋਲ ਤੇ ਆਊਟ ਹੁੰਦੇ ਹੋਏ ਡਿਸਟਿਕ ਰਾਹ ਦੇ ਸਹੀ 'ਚ। ਇਹ ਭਰਾ ਮੇਰੀ ਵੀਡੀਓ ਬਣਾ ਰਿਹਾ ਸੀ ਇੰਸਟਾਗ੍ਰਾਮ ਤੇ, ਤੁਹਾਨੂੰ ਵਲੌਗ ਭਾਜੀ ਦੇ ਅਕਾਊਂਟ ਤੇ ਮਿਲੇਗੀ ਇਹਨਾਂ ਦੀ ਵੀਡੀਓ। ਮੇਰੀ ਤਾਂ ਬੜੀ ਨਹੀਂ, ਉਹ ਮੈਂ ਡਿਲੀਟ ਕਰ ਚੁੱਕਿਆ ਮੈਸੇਜ। ਸਟਾਰਟ ਕਰਤਾ ਮੈਂ ਦੁਸ਼ਹਿਰਾ ਵਲੌਗ। ਯਾਰ ਅਮਨ ਟਿੰਕੂ ਭਾਜੀ ਓਏ ਹੈਲੋ ਕਰਦੇ, ਕਹਿੰਦਾ ਡਿਲੀਟ ਕਰ ਦਾਂਗਾ। ਚਲੋ ਮਿਲਦੇ ਆ ਫਿਰ ਤੁਹਾਨੂੰ। ਮੈਚ ਖੇਡ ਰਹੇ ਆ ਅੱਗੇ, ਸਾਡਾ ਦੁਸ਼ਹਿਰੇ ਦਾ ਹਾਲੇ ਕੋਈ ਪਲਾਨ ਨਹੀਂ ਹੈਗਾ ਕਿੱਥੇ ਕੀ ਅਸੀਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ। ਅੱਗੇ ਵੇਖੋ ਕੀ ਹੁੰਦਾ ਵਲੌਗ 'ਚ, ਜੇ ਪੈ ਗਿਆ ਤਾਂ ਠੀਕ ਹੈ, ਨਹੀਂ ਪਿਆ ਤਾਂ ਸਮਝੋ ਡਿਲੀਟ ਹੈ। ਤੁਹਾਨੂੰ ਪਤਾ ਹੀ ਕਿਵੇਂ ਲੱਗੇਗਾ ਡਿਲੀਟ ਹੋ ਗਿਆ ਹੈ ਨਾ। ਸਾਡਾ ਸਿਪਾਹੀ ਵੱਡਾ ਜਿਹੜਾ ਅੰਗੁਰ ਸਾਹਿਬ ਸਾਡੇ ਨਾਲ ਗਿਆ ਸੀ ਬੱਚਾ, ਜਿਹਨੂੰ ਚੱਕ ਚੱਕ ਕੇ ਲਿਆਇਆ ਸੀ ਮੋਟਿਆਂ ਦੇ ਵੀਡੀਓ। ਬਹੁਤ ਹੀ ਬਿਹਤਰੀਨ ਪ੍ਰਦਰਸ਼ਨ ਸਾਡੇ ਲਵੀ ਭਾਈ ਵੱਲੋਂ, ਰਨ ਆਊਟ ਹੁੰਦੇ ਹੋਏ ਆ ਰਹੇ ਨੇ। ਇਹ ਟਾਈਮ ਸਿਰ ਆ ਗਿਆ ਵੈਸੇ ਮੁੰਡਾ, ਇਹ ਭਾਈ ਦਾ ਨਾਮ ਮੰਨੀ ਹੈਗਾ ਨੇ, ਮੰਨੀ ਭਾਈ। ਟਿੱਲੇ ਐਡੀਟਰ ਸਾਡੇ ਕਪਤਾਨ ਮਤ ਕਰੋ, ਰਹਿਣ ਲਓ, ਰਹਿਣ ਲਓ, ਬਹੁਤ ਬੁਰੇ ਲੱਗ ਰਹੇ। ਟਿੱਲੇ ਐਡੀਟਰ ਸਾਡੇ ਅੰਪਾਇਰ ਅੱਛਾ ਕਮਲ ਭਾਜੀ ਠੀਕ ਹੈ, ਦੱਸਦੇ ਹੋਏ ਕਿ ਵਾਈਟ ਬੋਲ ਹੈ ਜਾਂ ਬਰਾਉਨ ਪਿਆ। ਅੱਛਾ ਸਾਡੀ ਸਾਰੀ ਟੀਮ ਐਸੈਂਟਰ ਵੀ ਖੜਾ ਤੇ, ਉਹ ਸਾਡੇ ਚੇਅਰਮੈਨ ਉੱਤਰ ਘੁੰਮ ਰਿਹਾ। ਹੋਰ ਲੜ ਲਓ, ਲੜ ਲਓ, ਪਹਿਲੇ ਕੰਟੈਂਟ ਵੈਸੇ ਨਹੀਂ ਮਿਲ ਰਿਹਾ ਕੁਝ। ਅਰੇ ਬਾਪ ਰੇ, ਇਹ ਤਾਂ ਧੋਤੀ ਖੋਲ ਰਿਹਾ ਹੈ। ਇਹਨਾਂ ਨੂੰ ਕਿਹਾ ਸੀ ਕੰਟੈਂਟ ਹੈ ਨਹੀਂ, ਵਲੌਗ ਸ਼ੁਰੂ ਕਰ ਦਿਓ, ਬਟ ਮੈਂ ਕਰਤਾ ਤੇ ਤੁਹਾਨੂੰ ਵਲੌਗ ਜ਼ਰੂਰ ਦੇਖਣ ਨੂੰ ਮਿਲੇਗਾ। ਰੁਕੋ ਜਰਾ, ਸਬਰ ਕਰੋ। ਭਾਈ ਭਾਈ ਕੋ ਬੋਲ ਡਾਲ ਰਿਹਾ। ਓ ਯਾਰ ਕਿਉਂ ਬਣਾਈ ਜਾ ਰਿਹਾ, ਬੋਲੋ ਡਿਲੀਟ ਕਰ ਦੇਣਾ। Later that night ਸਵੇਰੇ ਵਲੌਗ ਅਸੀਂ ਬਣਾ ਨਹੀਂ ਅੱਗੇ ਦਾ, ਕਿਉਂਕਿ ਅਸੀਂ ਸੋਚਿਆ ਨਹੀਂ ਸੀ ਕਿ ਵਲੌਗ ਬਣਾਵਾਂਗੇ, ਪਰ ਹੁਣ ਇੱਥੇ ਕੁਝ ਐਸਾ ਆ ਰਿਹਾ ਕਿ ਸਾਨੂੰ ਬਣਾਉਣਾ ਪੈ ਰਿਹਾ। ਸਪੈਸ਼ਲ ਸੁਭਾਸ਼ ਇੱਕ ਬੰਦਾ ਬੋਲ, ਅਸੀਂ ਸੁਭਾਸ਼ ਨੇ ਅਗਰ ਸਪੈਸ਼ਲ ਦਿੱਲੀ ਤੋਂ ਸਾਨੂੰ ਬੁਲਾਇਆ ਰਾਵਣ ਨੂੰ ਸਾੜਨ ਲਈ। ਮੈਂ ਆਪਕੋ ਸੀਰੀਅਸਲੀ ਲੇਤਾ ਨਹੀਂ, ਮੈਂ ਭਾਈ ਨੂੰ ਕਹਿ ਰਿਹਾ ਇਹ ਬਣਾ ਲਓ ਬਣਾ ਲਓ, ਇਹ ਮੰਨ ਨਹੀਂ ਰਿਹਾ ਜੀ ਹੁਣ ਸਟਾਰਟ ਕੀਤਾ ਇਹਨੇ। ਚਾਰ ਰਾਵਣ ਬੋਲ ਚੁੱਕੇ ਬੰਦ ਕਰੋ, ਹੱਥ ਜੋੜ ਕੇ ਮੈਂ ਗੁਜ਼ਾਰਿਸ਼ ਕਰਤਾ ਹੂੰ। ਪਾਗਲ ਹੀ ਹੋ ਗਏ ਲੱਗਦਾ। ਦਿਲਜੀਤ ਭਾਜੀ ਆ ਚੁੱਕੇ ਨੇ, ਬਸ ਕੁਛ ਹੀ ਚੰਦ ਵਿੱਚ ਉਹ ਬਟਨ ਦਬਾਣਗੇ ਤੇ ਦੁਸ਼ਹਿਰਾ ਖਤਮ ਹੋ ਜਾਏਗਾ। ਆ ਦਿਲਜੀਤ ਭਾਜੀ ਨੇ ਦਬਾ ਸੀ ਉਹਦਾ ਬਟਨ, ਗਲਤ ਬਟਨ ਦਬਾਤਾ, ਗਲਤ ਬਟਨ ਦਬਾ। ਦੂਸਰੀ ਪਾਰਟੀ ਦੋਨੋਂ ਆ ਗਏ, ਰਾਵਣ ਵੀ ਇਕੱਠੇ ਹੋ ਰਿਹਾ, ਇਲੂਮੀਨਾਟੀ ਪਾਰਟੀ, ਆਮ ਆਦਮੀ ਪਾਰਟੀ, ਬੀਜੇਪੀ ਪਾਰਟੀ ਸਾਰੇ ਆ ਗਏ, ਇੱਕ ਬਲੌਕ ਭਾਜੀ ਪਾਰਟੀ ਵੀ ਇੱਧਰ ਖੜੀ ਆ। ਸਾਰੇ ਵਲੌਗ ਬਣਾ ਲਓ ਹਨਾ, ਚਲੋ ਬੰਦ ਕਰ ਦੋ ਵਲੌਗ, ਚਲੋ ਅੱਜ ਲਈ ਇੰਨਾ ਹੀ ਮਿਲਦੇ ਆ। ਐਕਟਿੰਗ ਹੈ, ਅਸੀਂ ਲਿਟਰਲੀ ਵੈਸੇ 6:30 ਨਿਕਲੇ ਸੀ ਉੱਥੇ ਆਪਣੇ ਉੱਥੇ ਰਾਵਣ ਦੇਖ ਦਿੱਤੇ, ਇੱਧਰ ਆ ਗਏ, ਅਸੀਂ ਸੋਚਿਆ ਹਰੀਨਗਰ ਜਾਵਾਂਗੇ, ਫਸ ਗਏ ਅਸੀਂ ਜਾਮ ਵਿੱਚ ਹੀ, ਇੱਥੇ ਭੀੜ ਬਹੁਤ ਹੈਗੀ ਸੀ, ਪਿੱਛੇ ਅਸੀਂ 8 ਰਾਵਣ ਦੇਖ ਕੇ ਆਏ 1 ਘੰਟੇ ਪਹਿਲੇ, ਔਰ 1 ਘੰਟੇ ਤੋਂ ਅਸੀਂ ਇੱਥੇ ਖੜੇ ਆ।
ਜਾਮ ਲੱਗਾ ਸਾਰੀ ਗੱਡੀਆਂ ਫਸੀਆਂ ਨੇ ਸਕੂਟੀਆਂ ਬੰਦ ਨੇ ਆਪਾਂ ਕਿੱਥੇ ਲਾ ਦਿੱਤੀ ਜਿਹੜੀ ਗੱਡੀ ਆ ਦੇਖ ਲਓ ਬੰਦੇ ਕਿੰਨੇ ਯਾਰ क्योंकि रोटी खानी है भूख लग रही सानू बहुत ज्यादा फोन आ चुका मैं उधर दिखाता स्कूटी लग गई सीती आप खड़ी वो अगे सी मोटे की पता नहीं मेरी तेरी सिमर की लग गई है मोटे की पता नहीं हूँ कितने हैगी है मोटे की स्कूटी लगे बाहू होने अपनी होर उ छड़ के आए हैं पिछे यार चाह पीने निकाली अभी तो इन्हें टाइम लगेगा ज्यादा अरे इधर आप आ गए इतना जाम लग गया असि राजी जाम वाले को पहचान असि इन्ने टाइम तो आ गए जी आधा घंटा लेट हो गए जाम सानू दो मिनट लगना सी और रोड पे इतना जाम लग गया बंदे गड्डियां खड़ियां करके गए हैं तेन चल जा कर फिर खान मेरे को रहा नहीं जाता खा पखाते ना कि तू भुख भुख बोल पन्नी फड़े गई कट दो तू रोकेगा मेरे को तू रोकेगा चल जा रोक ले बेटा जी ऑर्डर तो सानू एक चीज मिली है रात केड़ी स्टोरी क्यों यार ऑर्डर किया काम तो अपना दिहाड़ी का चक्कर जन्ना है गुरु दक्षिणा चाहिए है ना साडी दिल्ली की पुलिस इतनी मान है कितने भी आ जाती है मलाई चांप रो बंदे अठ नौ हैगे मलाई चांप खा के कल जाकर रोटी भी नहीं खा पावांगे अरे बाप रे ये तो धोती खोल रहा है मसल आ रहे पिछले शनिवार भी पे
ਖੁਸ਼ ਹੈਗਾ ਪਰ ਅੰਦਰ ਨੂੰ ਦੁੱਖ ਬਹੁਤ ਹੈਗਾ। ਹੱਸਦੇ ਚਿਹਰਿਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਕਦੇ ਕੋਈ ਤਕਲੀਫ ਨਹੀਂ ਹੁੰਦੀ, ਉਹਦਾ ਮਤਲਬ ਇਹ ਹੁੰਦਾ ਕਿ ਇਹਨਾਂ ਨੂੰ ਤਕਲੀਫਾਂ ਨਾਲ ਡੀਲ ਕਰਨਾ ਹੁੰਦਾ। ਬਿਲਕੁਲ ਸਹੀ। देखो एक ते आ गया ना पहले जब तक मतलब आएगा नहीं रोल इन्हें आई मुका देना तब तक। मतलब है कि इतने जो आप रोल खाना आने ना भाई ने दो तीन किलो प्याज तो लग ही है ना, किलो डेढ़ तक ही मुका देता है। ये फंस गया सी है, इसे पार्टी की मीटिंग समझ के फंस पूरा मोहित नु डेकोरेट करके रखे गए थे। पर बिल्कुल लाइट घट हो गई है। घर वाली की साडे को फोटो आई है वो लगा देंगे इतने साइड ते छोटी सी। मना कर दे ना फिर की नहीं दिखाते कई शर्म आंदी है एडिटर जलता है मुझसे। खुश तो बहुत है वैसे पता तानो खुश बहुत है खुशी ना इतना सारी नहीं जा रही पता आज का व्लॉग तो एवं ही होया सवेरे किया कटता फिर बनाया नहीं तो हमने तुम कंटेंट देख गया तो आप बना लिया उत्थे बड़े टाइम का वैसे हो रहा है आप लेट शुरू किया देर है दुरुस्त है आए तो सही चलो हूँ पता नहीं व्लॉग कदों आएगा बहुत छोटा व्लॉग है जल्दी पेगा जल्दी पेगा कल परसों पहले परसों तरसों पहले अगले दशहरे से पाओगे अब रिकॉर्ड तोड़ देना नेक्स्ट डे पा दे तू कौड़ा लगता सुबह ਪੁੱਛੀ ਜਰਾ ਜਾ ਕੇ ਨਾਮ ਚੱਲੇ ਥਾਂ ਥਾਂ ਜੱਟ ਤਾਂ स्टोरेज फुल हो गई सी दोबारा आ गया देखी यार हरी है रिकॉर्डिंग हरी 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 व्लॉग जल्दी पै जाएगा साडा हां व्लॉग कोशिश करेंगे जल्दी पै जाए ते होप करदा तानू आज दा व्लॉग वधिया लग्या होगा जे वधिया लग्या होगा ते की करना लाइक शेयर कम सब्सक्राइब कमेंट भी दे करना कमेंट पता नाले नाले पता की है तुसी लाइक शेयर कर रहे हो साडे व्यू वध रहे ने बहुत ज्यादा लाइक शेयर ना नहीं कमेंट ना वध दे जिन्ना नवा बंदा कमेंट करदा ना ओना व्लॉग रैंडम बंदियां नु जांदा नाले मतलब जिद्दा तानू ओ आंदा ना नाले साडे व्यूअर्स ज्यादा इंस्टा पेज है
बहुत बहुत धन्यवाद सानू प्यार प्यार देंदे रहो सपोर्ट करदे रहो मैं बाबू बोलेगा हुण बाबू बोले जरूर जे तुहानू व्लॉग अच्छा लगे तो लाइक करो शेयर करो कमेंट करो कैमरा एंगल बहुत बहुत धन्यवाद टाटा बाय बाय सत श्री अकाल गुड नाइट ध्यान रखें।